ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ 'ਤੇ। ਅਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੌਖਾ ਜਿਹਾ ਡਿਜ਼ਾਇਨ। ਇਹ ਡਿਜ਼ਾਇਨ ਆਪਾਂ ਕਿਸੇ ਵੀ ਤਰ੍ਹਾਂ ਦੇ ਕਾਰਡੀਗਨ, ਕੋਟੀ, ਸਵੈਟਰ ਦੇ ਉੱਪਰ ਬਣਾ ਸਕਦੇ ਹਾਂ। ਬਹੁਤ ਹੀ ਪਿਆਰਾ ਡਿਜ਼ਾਇਨ ਹੈ ਇਹ ਅੱਜ ਵਾਲਾ। ਆਪਣਾ ਡਿਜ਼ਾਇਨ ਬਣਾਉਣ ਲਈ ਆਪਾਂ 6 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਔਰ 8 ਸਿਲਾਈ ਦਾ ਇਹ ਡਿਜ਼ਾਇਨ 8 ਸਿਲਾਈਆਂ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ। ਹੁਣ ਆਪਾਂ ਕਰਦੇ ਹਾਂ ਡਿਜ਼ਾਇਨ ਸ਼ੁਰੂ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ, ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ। ਅਤੇ ਇਹ ਹੈਗੀ ਡਿਜ਼ਾਇਨ ਦੀ ਪਹਿਲੀ ਸਿਲਾਈ ਜੀ। ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਜੇਕਰ ਤੁਸੀਂ ਬੁਣਦੇ ਹੋ ਤਾਂ ਬੁਣ ਲਵੋ। ਆਪਾਂ ਇੱਥੇ ਬਿਨਾਂ ਬੁਣੇ ਉਤਾਰ ਕੇ 3 ਕੁੰਡੇ ਉਲਟੇ ਬੁਣਾਂਗੇ। ਧਾਗਾ ਪਿੱਛੇ ਕਰ ਲੈਣਾ, 3 ਕੁੰਡੇ ਸਿੱਧੇ। ਇਹੀ 6 ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ, ਫਿਰ 3 ਕੁੰਡੇ ਉਲਟੇ, 3 ਕੁੰਡੇ ਸਿੱਧੇ। ਲਾਸਟ 'ਤੇ ਫਿਰ ਆਪਣੇ 3 ਕੁੰਡੇ ਉਲਟੇ ਔਰ ਐਜ ਏ ਸਟਿੱਚ ਨੂੰ ਆਪਾਂ ਸਿੱਧਾ ਬਣਾ ਲੈਣਾ। ਹੁਣ ਆ ਗਏ ਆਪਾਂ ਬੈਕ ਸਾਈਡ, ਦੂਜੀ ਸਿਲਾਈ ਇਹ ਡਿਜ਼ਾਇਨ ਦੀ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ, ਜਿਹੜੇ ਉੱਧਰ ਆਪਾਂ 3 ਕੁੰਡੇ ਉਲਟੇ ਬਣਾਏ ਆ ਉਹਨਾਂ ਨੂੰ ਆਪਾਂ ਇੱਧਰ ਸਿੱਧੇ ਬਣਾਉਣਾ। ਤਿੰਨ ਕੁੰਡੇ ਉਲਟੇ, ਫਿਰ 3 ਕੁੰਡੇ ਸਿੱਧੇ। ਬੈਕ ਸਾਈਡ ਵਾਲੀ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ। ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਦੇਵਾਂਗੇ। 2 ਸਿਲਾਈਆਂ ਬਣ ਗਈਆਂ ਨੇ, ਤੀਜੀ ਸਿਲਾਈ 'ਤੇ ਆ ਗਏ ਆਪਾਂ ਸਿੱਧੇ ਪਾਸੇ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਆਪਾਂ ਧਾਗਾ ਪਿੱਛੇ ਕਰ ਲੈਣਾ। ਆਹ ਵਾਲੇ ਜਿਹੜੇ 3 ਕੁੰਡੇ ਆਪਾਂ ਉਲਟੇ ਬਣਾਏ ਸੀ ਇਹਨਾਂ ਨੂੰ ਆਪਾਂ ਹੁਣ ਸਿੱਧੇ ਬਣਾਵਾਂਗੇ। 3 ਕੁੰਡੇ ਸਿੱਧੇ, ਫਿਰ ਸਿਲਾਈ ਉੱਪਰ ਇਸ ਤਰ੍ਹਾਂ ਆਪਾਂ ਧਾਗਾ ਘੁਮਾ ਲੈਣਾ ਔਰ ਅਗਲੇ ਜਿਹੜੇ 3 ਕੁੰਡੇ ਆਪਾਂ ਸਿੱਧੇ ਬਣਾਏ ਸੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਲੂਪ ਤੋਂ ਇਕੱਠੇ ਬੁਣਨਾ। ਫਿਰ ਸਿਲਾਈ ਉੱਪਰ ਧਾਗਾ ਘੁਮਾ ਲੈਣਾ, 3 ਕੁੰਡੇ ਸਿੱਧੇ। ਅਗਲੇ 3 ਕੁੰਡਿਆਂ ਨੂੰ ਫਿਰ ਆਪਾਂ ਪਹਿਲਾਂ ਸਿਲਾਈ ਉੱਪਰ ਧਾਗਾ ਘੁਮਾਉਣਾ, ਉਸ ਤੋਂ ਬਾਅਦ ਆਪਾਂ 3 ਕੁੰਡਿਆਂ ਨੂੰ ਇਕੱਠੇ ਬੁਣਨਾ। ਫਿਰ ਸਿਲਾਈ ਉੱਪਰ ਧਾਗਾ ਘੁਮਾਉਣਾ, 3 ਕੁੰਡੇ ਸਿੱਧੇ। ਤੀਜੀ ਸਿਲਾਈ ਆਪਾਂ ਸਾਰੀ ਇਸੇ ਤਰ੍ਹਾਂ ਹੀ ਪਾਉਣੀ ਆ। ਚੌਥੀ ਸਿਲਾਈ ਆ ਬੈਕ ਸਾਈਡ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਪੂਰੀ ਸਿਲਾਈ ਆਪਾਂ ਉਲਟੀ ਬਣਾਉਣੀ ਆ। ਚੌਥੀ ਸਿਲਾਈ ਆ ਜਿਹੜੀ ਪੂਰੀ ਉਲਟੀ ਬਣੂੰਗੀ। ਚਾਰ ਸਿਲਾਈਆਂ ਬਣ ਗਈਆਂ ਨੇ, ਪੰਜਵੀਂ ਸਿਲਾਈ 'ਤੇ ਆ ਗਏ ਸਿੱਧੇ ਪਾਸੇ। ਪੰਜਵੀਂ ਸਿਲਾਈ ਦੇਖੋ ਹੁਣ ਆਪਾਂ ਕਿਸ ਤਰ੍ਹਾਂ ਬਣਾਉਣੀ ਆ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ 3 ਕੁੰਡੇ ਸਿੱਧੇ, ਉਸ ਤੋਂ ਬਾਅਦ ਆ ਜਿਹੜੇ ਆਪਾਂ ਜਾਲੀ ਪਾਈ ਆ ਇੱਥੇ 3 ਕੁੰਡੇ ਆਪਾਂ ਇਕੱਠੇ ਬੁਣੇ ਆ, ਇਹ 3 ਕੁੰਡਿਆਂ ਨੂੰ ਆਪਾਂ ਉਲਟੇ ਬੁਣਨਾ। ਫਿਰ ਧਾਗਾ ਪਿੱਛੇ ਕਰਕੇ 3 ਕੁੰਡੇ ਸਿੱਧੇ। ਤਿੰਨ ਕੁੰਡੇ ਉਲਟੇ, ਅਗਲੇ ਫਿਰ 3 ਕੁੰਡੇ ਸਿੱਧੇ ਔਰ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਦੇਣਾ।
बैक साइड आ गए। पहला कुंडा बिना बुने उतार के तीन कुंडे उल्टे, इधर जेडे आप सीधे बनाए आ बैक साइड ते इन्हां नू उल्टे बनावांगे। तीन कुंडे सीधे, फिर तीन कुंडे उल्टे, तीन कुंडे सीधे। तीन कुंडे उल्टे ये अपन छे सिलाइया बना लिया ने। हुण आ गए आप सीधे पासे सतवीं सिलाई ते। पहला कुंडा आप बिना बुने उतार लेना, धागा पिछे कर लेना और इस तरह आप सिलाई उपर धागा घुमा लेना। आ वाले जिहड़े सीधे तीन कुंडे आ इन्हां नूं आप फिर कट्ठे बुनना। सिलाई उपर धागा घुमाना, तीन कुंडे सीधे, फिर सिलाई उपर धागा घुमाना, अगले तीन कुंडियां नूं आपां कट्ठे बुनना। नाल दी नाल इह अपने कुंडे पूरे हो जांदे ने जालियां पै के, जिहड़े आपां तीन कुंडे कट्ठे बुनदे आ दो जालियां बन जांदियां ने। लास्ट वाला कुंडा सीधा, सत सिलाइया बना लिया। अठवीं सिलाई ते आ गए बैक साइड। पहला कुंडा बिना बुने उतार के, अठवीं सिलाई है जिहड़ी है आपां पूरी उल्टी बनाउणी है, चौथी सिलाई दी तरह। जिवें आपां चौथी सिलाई सारी उल्टी बनाई सी, उसे तरह ही अठवीं सिलाई भी आपां सारी उल्टी बना के कंप्लीट करदे आ। ते उस तों बाद तुहानूं बणिया होया आपां डिजाइन दिखाउंदे आ वी इह डिजाइन बण के किस तरह का लगता गा। ते लास्ट वाला कुंडा सीधा। लो जी, अठ सिलाइया का यह डिजाइन आ। यही अठ सिलाइया नूं आपां जदों वार वार बनावांगे ते देखो डिजाइन अपना बन के इस तरह तैयार होगा। देखो बनिया होया डिजाइन यह कितना सोहना लगता, बहुत ही प्यारा डिजाइन आ। भैणां दी कोटी जैकट, कुड़ियां दी स्कीवी टॉप और किसी भी तरह के कार्डिगन ते बनने वाला डिजाइन आ। उम्मीद आ तुसीं जरूर पसंद करोगे। जेकर वधिया लग्या वीडियो नूं लाइक कमेंट ते शेयर जरूर करना और चैनल नूं सबसक्राइब भी करना। चलो जी, मिलते हैं एक नवे ते सौखे डिजाइन दे नाल किसी अगली वीडियो दे विच।